ਸਤਿ ਸ਼੍ਰੀ ਅਕਾਲ ਲੋਕਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਤੁਹਾਡੀ, ਤੁਸੀਂ ਜੋੜਿਆ ਜੀ ਸਰੋਤਿਆਂ ਦੇ ਤੇ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ ਭੱਜ ਭੱਜ ਕੇ ਗਏ ਸੀ ਕਾਂਗਰਸੀ ਭਾਜਪਾ ਦੇ ਵਿੱਚ ਤੇ ਹੁਣ ਵਾਪਸੀ ਹੋਣ ਲੱਗ ਪਈ ਉਹਨਾਂ ਦੀ। ਉਹ ਕਹਿੰਦੇ ਕਿ ਅਸੀਂ ਕੁਛ ਨਹੀਂ, ਅਸੀਂ ਸਭ ਕੁਛ ਦੇਖਿਆ ਜੀ ਉੱਥੇ ਜਾ ਕੇ ਬੜਾ ਨੇੜੇ ਤੋਂ। ਕਹਿੰਦੇ ਨਹੀਂ, ਗੱਲ ਨਹੀਂ ਬਣਨੀ ਹੈਗੀ ਭਾਜਪਾ ਦੀ, ਅਸੀਂ ਤਾਂ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸੀ ਕਰ ਰਹੇ ਹਾਂ। ਦੂਜੇ ਪਾਸੇ ਇੱਕ ਘੋਟਾਲਾ ਵੀ ਹੈਗਾ, ਵੱਡਾ ਘੋਟਾਲਾ ਪੰਜਾਬ ਦੇ ਵਿੱਚ ਸਾਹਮਣੇ ਆਇਆ। ਪੰਚਾਇਤਾਂ ਦੀ ਗੱਲ ਹੋਈ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਨਾਲੋਂ ਨਾਲ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ। SYL ਦਾ ਮਾਮਲਾ ਗੰਭੀਰ ਹੋ ਗਿਆ, 2 ਦਿਨ ਦਾ ਸੈਸ਼ਨ ਹੈ। ਸੈਸ਼ਨ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਹਿਮ ਵਿਚਾਰ ਚਰਚਾ ਹੋਗੀ। ਮੈਂ ਕੈਬਨਿਟ ਮੀਟਿੰਗ ਦਾ ਵਿਸਥਾਰ ਹੀ ਤੁਹਾਡੇ ਕੋਲੋਂ ਚਾਹੂੰਗਾ ਕਿ ਸੈਸ਼ਨ ਤੋਂ ਪਹਿਲਾਂ 2 ਦਿਨ ਦਾ ਜਿਹੜਾ ਸੈਸ਼ਨ ਸੱਦਿਆ ਗਿਆ ਸੀ, ਜਿਹੜੀ ਪਹਿਲੀ ਬੈਠਕ ਵਿਧਾਨ ਸਭਾ ਦੀ ਬੈਠੀ ਸੀ, ਕਹਿੰਦੇ ਸੀ ਕਿ ਮੁਲਤਵੀ ਕਰਤੀ ਗਈ ਸੀ, ਉਹਨੂੰ ਹੀ ਅੱਗੇ ਤੋਰਿਆ ਗਿਆ। ਗਵਰਨਰ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਇਹ ਸਭ ਠੀਕ ਨਹੀਂ ਹੈਗਾ, ਲੱਤ ਗੱਡ ਕੇ ਗਵਰਨਰ ਵੀ ਖੜ ਗਏ, ਪਰ ਮੀਟਿੰਗ ਸੱਦ ਲਈ ਰਹੀ। ਸੋ ਕੀ ਕੁਛ ਰਹੂਗਾ ਇਹਦੇ 'ਚ ਧਾਲੀਵਾਲ ਸਾਹਿਬ? ਦੇਖੋ, ਏਜੰਡੇ ਤਾਂ ਬਹੁਤ ਸਾਰੇ ਹੋ ਸਕਦੇ ਨੇ, ਕੋਈ ਵਿਕਾਸ ਦੇ ਹੋ ਸਕਦੇ ਨੇ, ਮੁਲਾਜ਼ਮਾਂ ਦੇ ਹੋ ਸਕਦੇ ਨੇ, ਕਿਉਂਕਿ ਇਲੈਕਸ਼ਨ ਨੇੜੇ ਹੈ। ਉਹਦੇ ਸੰਬੰਧੀ ਕੋਈ ਨਵੀਆਂ ਸਕੀਮਸ ਦਿੱਤੀਆਂ ਜਾ ਸਕਦੀਆਂ ਨੇ, ਪਰੰਤੂ ਜਿਸ ਕਿਸਮ ਨਾਲ ਗਵਰਨਰ ਸਾਹਿਬ ਨੇ ਆਪਣਾ ਜਿਹੜਾ ਹਮਲਾ ਹੈ ਉਹ ਬੋਲਿਆ ਹੈ, ਉਹ ਤੋਂ ਮੈਨੂੰ ਇਹ ਲੱਗਦਾ ਹੈ ਕਿ ਹਾਲਾਤ ਜੋ ਨੇ ਕਿ ਉਹਦੇ ਨਾਲ ਨਜਿੱਠਣ ਲਈ ਕੈਬਨਿਟ ਨੂੰ ਕੁਛ ਕੈਬਨਿਟ 'ਚ ਫੈਸਲਾ ਲੈਣਾ ਪਊਗਾ ਤਾਂ ਕਿ ਗਵਰਨਰ ਸਾਹਿਬ 'ਤੇ ਦਬਾਅ ਵਧੇ, ਉਹ ਸਰਕਾਰ ਦੇ ਖਿਲਾਫ ਜਿਹੜੇ ਸੰਵਿਧਾਨਕ ਮੁੱਦਿਆਂ 'ਤੇ ਕਿਸੇ ਤਰ੍ਹਾਂ ਉਹਨਾਂ ਨੂੰ ਚੁੱਪ ਕਰਾਉਣ ਦਾ ਯਤਨ ਕੀਤਾ ਜਾਵੇ। ਇਹ ਮੈਨੂੰ ਲੱਗਦਾ ਇਹ ਮੁੱਦਾ ਵੱਡਾ ਰਹੇਗਾ। ਦੂਸਰਾ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ ਜਿਹੜਾ ਜਿਹੜਾ ਸਾਰਾ ਕੁਛ ਹੋ ਰਿਹਾ ਹੈ, ਵਾਦ ਵਿਵਾਦ ਤਰ੍ਹਾਂ ਤਰ੍ਹਾਂ ਦੇ, ਈਵਨ SYL ਵਾਲਾ ਜਿਹੜਾ ਬਹਿਸ ਹੈ ਉਹ ਵੀ ਹੋਣੀ ਹੈ, ਉਹਦੀ ਲਾਈਟ 'ਚ ਜ਼ਰੂਰ ਸਰਕਾਰ ਨੂੰ ਸੋਚਣਾ ਪਏਗਾ ਕਿ ਜੇਕਰ ਸੈਸ਼ਨ ਚਲਾਉਣਾ ਹੈ, ਥੋੜ੍ਹੇ ਦਿਨ ਰਹਿ ਗਏ ਸੈਸ਼ਨ ਦੀ ਦਿੱਤੀ ਹੋਈ ਡੇਟ ਮੁਤਾਬਕ, ਜੇ ਉਹ ਸ਼ੁਰੂ ਹੋ ਜਾਂਦਾ ਹੈ, ਇਹ ਨਹੀਂ ਪਤਾ ਗਵਰਨਰ ਸਾਹਿਬ ਉਹਦੇ ਵਿੱਚ ਕੋਈ ਪੰਗਾ ਪਾ ਲੈਂਦੇ ਨੇ ਪਹਿਲਾਂ ਵਾਂਗੂ, ਇਹ ਨਹੀਂ ਪਤਾ ਕੋਈ ਕੋਰਟ ਕੂਟ ਜਾਣਾ ਪੈ ਜਾਏ ਕੀ ਹੁੰਦਾ, ਉਹ ਸਾਰੇ 'ਚ ਜਿਹੜੀ ਜਿਹੜੀ ਅਨਿਸ਼ਚਿਤਤਾ ਹੈ, ਨਿਸ਼ਚਿਤ ਕੁਛ ਨਹੀਂ, ਉਹ ਅਨਿਸ਼ਚਿਤਤਾ ਦਾ ਦੌਰ ਜਾਂ ਕੁਛ ਦਿਖਾਈ ਦੇ ਰਿਹਾ ਵੀ ਅਜੇ ਕਲੀਅਰ ਨਹੀਂ ਕਿ ਸਰਕਾਰ ਕੀ ਕਹਿੰਦੀ ਹੈ, ਸੈਸ਼ਨ ਹੋਏਗਾ ਨਹੀਂ ਹੋਏਗਾ, ਕਾਨੂੰਨੀ ਹੋਏਗਾ ਗੈਰ ਕਾਨੂੰਨੀ ਹੋਏਗਾ, ਇਸ ਦੇ ਵਿੱਚ ਥੋੜ੍ਹਾ ਜਿਹਾ ਕੁਛ ਵਿਚਲਿਤ ਹੋ ਗਈ ਸਿਚੁਏਸ਼ਨ। ਤੇ ਦੂਜਾ ਤਾਂ ਸਰਕਾਰ ਨੂੰ ਸੋਚਣਾ ਪਏਗਾ ਕਿ ਸੈਸ਼ਨ ਦੇ ਵਿੱਚ ਕੈਬਨਿਟ 'ਚ ਇਹ ਵੀ ਸੋਚਿਆ ਜਾਏਗਾ ਕਿ ਸੈਸ਼ਨ ਦੀ ਰਣਨੀਤੀ ਕੀ ਹੋਏ, ਸੈਸ਼ਨ ਦੇ ਵਿੱਚ ਕਿਵੇਂ ਸੈਸ਼ਨ ਚਲਾਇਆ ਜਾਵੇ, ਉਹਦੇ ਵਿੱਚ ਕੀ ਮੁੱਦੇ ਹੋਣ, ਕਿਸ ਤਰ੍ਹਾਂ ਫਲੋਰ ਮੈਨੇਜਮੈਂਟ ਹੈ ਜਿਹੜੀ ਉਹ ਕੀ ਕੀਤੀ ਜਾਵੇ, ਕੌਣ ਕੌਣ ਬੁਲਾਰੇ ਹੋਣਗੇ, ਕੀ ਭਾਵੇਂ ਇਹ ਕੈਬਨਿਟ ਦਾ ਨਾ ਹੋਵੇ ਪਰ ਇਹ ਪਾਰਟੀ ਦੇ ਅੰਦਰ ਜਾਂ ਮਤਲਬ ਕੈਬਨਿਟ ਦੇ ਵਿੱਚ ਇਹ ਡਿਸਾਈਡ ਕਰਨਾ ਹੋਏਗਾ ਤੇ ਉਹਨੂੰ ਕਿਵੇਂ ਡਿਫੈਂਡ ਕੀਤਾ ਜਾਵੇ। ਇਸ ਤੋਂ ਬਿਨਾਂ ਜਿਹੜੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ, ਵਿਰੋਧੀਆਂ ਵੱਲੋਂ ਵੀ ਹਮਲਾ ਕੀਤਾ ਜਾਣਾ, ਕਿਉਂਕਿ ਇੱਕ ਸਰਕਾਰ ਦੇ ਸਮੇਂ ਫਟਾਫਟ ਬੜੀ ਤੇਜ਼ੀ ਨਾਲ ਜਿਹੜੇ ਆਪਣੇ ਇਹ ਬਦਲੇ ਗਏ ਨੇ ਐਡਵੋਕੇਟ ਜਨਰਲ, ਇਹ ਵੀ ਇੱਕ ਵਿਸ਼ਾ ਬਣੇਗਾ ਵੀ ਮਤਲਬ ਕੀ ਤੁਹਾਨੂੰ ਅੱਛੇ ਬੰਦੇ ਲੱਭਦੇ ਨਹੀਂ, ਜਾਂ ਤੁਸੀਂ ਉਹਨਾਂ ਵਿਅਕਤੀਆਂ 'ਤੇ ਵਿਸ਼ਵਾਸ ਨਹੀਂ ਰੱਖਦੇ, ਜਾਂ ਕੋਈ ਹੋਰ ਗੱਲ ਹੈ, ਕੀ ਕੀ ਕਾਰਨ ਹੈ ਇਹ ਕਿ ਇੰਨੀ ਛੇਤੀ ਤੁਹਾਨੂੰ ਐਂ ਬਦਲਣੇ ਪੈਂਦੇ ਨੇ ਲੋਕ, ਇਹ ਵੀ ਇੱਕ ਸਵਾਲ ਹੈ, ਬੜਾ ਵੱਡਾ ਕੁਐਸਚਨ ਹੈ। ਇਸ ਕਰਕੇ ਇੱਦਾਂ ਦੇ ਸਰਕਾਰ ਦੇ ਸਾਹਮਣੇ ਇਹ ਸੰਕਟ ਕਈ ਨੇ। ਦੂਜਾ, ਚੋਣਾਂ ਨੇੜੇ ਨੇ, ਚੋਣਾਂ ਦੇ ਨੇੜੇ ਆ ਕੇ BJP ਤੇ ਕਾਂਗਰਸ ਪੰਜਾਬ ਦੀ ਇੱਕ ਦੂਜੇ ਦੇ ਸਾਹਮਣੇ ਹੈ, ਪਰੰਤੂ ਦੋਨਾਂ 'ਚ ਇਹ ਹਿੰਮਤ ਨਹੀਂ ਹੈ ਕਿ ਆਪਣੀ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਡਟ ਕੇ ਕਹਿ ਦੇਣ ਕਿ ਅਸੀਂ ਇੰਡੀਆ ਅਲਾਇੰਸ ਦਾ ਪਾਰਟ ਨਹੀਂ ਹੋਵਾਂਗੇ। ਤੀਸਰਾ ਇਹ ਹੈ ਕਿ ਦਬਾਅ ਵਧਾਉਣ ਲਈ ਜਿਸ ਕਿਸਮ ਨਾਲ ਕਾਂਗਰਸੀ ਲੀਡਰ ਦੀ ਜਾਂ ਲੀਡਰਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ, ਦੂਜਿਆਂ 'ਤੇ ਤਲਵਾਰਾਂ ਵੀ ਲਟਕ ਰਹੀਆਂ ਨੇ, ਹੋਰਾਂ 'ਤੇ ਵੀ ਕੁਛ ਚੱਲ ਰਿਹਾ ਹੈ, DCM ਦਾ ਵੀ, ਅੱਜ ਪੁਰਾਣੇ ਦਾ ਉਹਦਾ ਵੀ ਅੱਜ ਮਤਲਬ ਪੜ੍ਹਨ 'ਚ ਆਇਆ ਵੀ ਸ਼ਾਇਦ ਉਹਨਾਂ ਨੂੰ ਜ਼ਮਾਨਤ ਮਿਲ ਰਹੀ ਹੈ। ਸੋ ਇਸ ਕਿਸਮ ਦੀਆਂ ਕਈ ਗੱਲਾਂ ਨੇ ਕਿ ਸਰਕਾਰ ਨੇ, ਜਿਹੜੇ ਅਮਰਿੰਦਰ ਸਿੰਘ ਸਮੇਂ ਦੀ ਸਰਕਾਰ ਸੀ, ਚੰਨੀ ਸਮੇਂ ਦੀ ਸਰਕਾਰ ਦੇ ਮੰਤਰੀ ਸੀ, ਉਹਨਾਂ 'ਤੇ ਕਾਫ਼ੀ ਕਰੜਾ ਰੁੱਖ ਜਿਹੜਾ ਅਪਣਾਇਆ ਅਤੇ ਉਹ ਦਬਾਅ ਰੱਖਿਆ ਹੋਇਆ ਉਵੇਂ ਜਿਵੇਂ, ਉਸ ਦਬਾਅ ਦੇ ਵਿੱਚ ਸਰਕਾਰ ਨੇ ਇੱਕ ਨੀਤੀ 'ਤੇ ਬੜਾ ਜ਼ੋਰ ਦਿੱਤਾ ਹੋਇਆ ਕਿ ਅਸੀਂ ਕਰਪਸ਼ਨ ਦੇ ਬਹੁਤ ਖਿਲਾਫ਼ ਹਾਂ। ਉਸ ਕਰਪਸ਼ਨ ਦੇ ਵਿੱਚ ਅੱਜ ਹੀ ਇੱਕ ਫਿਰ ਵੱਡਾ ਘੁਟਾਲਾ ਰਿਪੋਰਟ ਹੋਇਆ ਅਖ਼ਬਾਰਾਂ 'ਚ,
ਪੰਜਾਬ ਦੇ ਹਿਸਾਬ ਨਾਲ ਉਹਨੂੰ ਵੱਡਾ ਕਹਿੰਦੇ ਆ ਜਿਹੜਾ ਪੰਚਾਇਤ ਵਿਭਾਗ ਦਾ ਹੈ, ਉਹਦੇ ਵਿੱਚ ਭਾਵੇਂ ਅਧਿਕਾਰੀਆਂ ਦੇ ਨਾਂ ਆ ਗਏ ਨੇ, ਸਰਪੰਚਾਂ ਦੇ ਨਾਂ ਆ ਗਏ ਨੇ, ਤੇ ਅਲਟੀਮੇਟਲੀ ਤੁਹਾਡੇ ਸਾਹਮਣੇ ਹੈ ਕਿ ਜਦੋਂ ਸਰਪੰਚਾਂ ਨੂੰ ਤਫਤੀਸ਼ 'ਚ ਲਿਆਂਦਾ ਜਾਏਗਾ ਵਿਜੀਲੈਂਸ ਵੱਲੋਂ ਜਾਂ ਪੁਲਿਸ ਫੋਰਸ ਵੱਲੋਂ, ਉਦੋਂ ਮੈਨੂੰ ਸੰਭਾਵਨਾ ਫਿਰ ਹੈ ਕਿ ਰਾਜਨੀਤਿਕ ਲੋਕਾਂ ਦੇ ਨਾਂ ਵੀ ਉਹ 'ਚ ਆ ਸਕਦੇ ਨੇ, ਕਿਉਂਕਿ ਸਰਪੰਚ ਸਿੱਧੇ ਅਧਿਕਾਰੀਆਂ ਨਾਲ ਨਹੀਂ ਜੁੜਦੇ, ਸਰਪੰਚ ਕਿਸੇ ਨਾ ਕਿਸੇ ਸਿਆਸੀ ਨੇਤਾਵਾਂ ਨਾਲ ਜੁੜੇ ਹੁੰਦੇ ਨੇ। ਭਾਵੇਂ ਬਾਅਦ 'ਚ ਲੋਕ ਪਾਰਟੀਆਂ ਇਹ ਕਹਿਣਗੀਆਂ ਵੀ ਸਾਡਾ ਜਾਣ ਬੁੱਝ ਕੇ, ਸਾਡੇ ਮੰਤਰੀ ਦਾ, ਸਾਡੇ ਸਾਬਕਾ ਮੰਤਰੀ ਦਾ ਜਾਣ ਬੁੱਝ ਕੇ ਨਾਂ ਲਿਆ ਜਾ ਰਿਹਾ, ਪਰ ਉਹ ਸਰਪੰਚਾਂ ਨੂੰ ਵੀ ਪਤਾ ਸਰਪੰਚ ਕੋਈ ਇਕੱਲੇ ਤਾਂ ਪੈਸਾ ਖਾਂਦੇ ਨਹੀਂ, ਉਹ ਪੈਸਾ ਤਾਂ ਸਾਰਾ ਕਿਤੇ ਨਾ ਕਿਤੇ ਵੰਡ ਕੇ ਖਾਧਾ ਜਾਂਦਾ ਨਾ। ਸੋ ਇਹ ਸੱਚ ਵੀ ਹੈ, ਇਸ ਤਰ੍ਹਾਂ ਦੀ ਕਰਪਸ਼ਨ ਹੈ ਵੀ ਹੈ, ਹੋਈ ਵੀ ਹੈ, ਹੋ ਵੀ ਰਹੀ ਹੈ। ਜੇ ਆਪਾਂ ਕਹੀਏ ਕਿ ਹੁਣ ਬਿਲਕੁਲ ਕਰਪਸ਼ਨ ਫਰੀ ਜਿਹੜਾ ਵਾਤਾਵਰਨ ਹੈ, ਏਦਾਂ ਦੀ ਗੱਲ ਨਹੀਂ ਹੈ, ਉਹ ਓਨਾ ਚਿਰ ਸੰਭਵ ਹੀ ਨਹੀਂ ਜਿੰਨਾ ਚਿਰ ਸਾਡਾ ਸੈਟਅਪ, ਜਿੰਨਾ ਚਿਰ ਇਲੈਕਸ਼ਨਾਂ ਦੇ ਇੰਨੇ ਇੰਨੇ ਪੈਸੇ ਖਰਚੇ ਜਾਣਗੇ, ਸਰਕਾਰਾਂ ਦੇ ਇੰਨੇ ਇੰਨੇ ਪੈਸੇ ਖਰਚੇ ਜਾਣਗੇ, ਤੇ ਜਿੰਨਾ ਚਿਰ ਇਹ ਸਾਰਾ ਕੁਛ ਹੋਏਗਾ, ਓਨਾ ਚਿਰ ਕਰਪਸ਼ਨ ਫਰੀ ਸਿਸਟਮ ਬਾਰੇ ਸੋਚਣਾ ਮੇਰੇ ਮੁਤਾਬਕ ਔਖਾ ਕੰਮ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਕੈਬਨਿਟ ਦੇ ਵਿੱਚ ਅੱਜ ਇਸ ਤਰ੍ਹਾਂ ਦੇ ਮੁੱਦੇ ਹੋਣਗੇ। ਦੂਜਾ ਇਹ ਹੈ ਵੀ ਏਜੰਡਾ ਨਾ ਦੱਸ ਕੇ ਸਰਕਾਰਾਂ ਇਹ ਕੁਛ ਕਰਦੀਆਂ ਨੇ ਵੀ ਅਸੀਂ ਇੱਥੇ ਛੋਟ ਲੈ ਲੈਂਦੀਆਂ ਨੇ ਵੀ ਜਿਹੜਾ ਮਰਜ਼ੀ ਜਿਹੜਾ ਕਰੰਟ ਮੁੱਦਾ ਹੋਏਗਾ ਉਹ 'ਤੇ ਬਹਿਸ ਕਰਕੇ ਅਖਬਾਰ ਨੂੰ ਪ੍ਰੈਸ ਰਿਲੀਜ਼ ਦੇ ਦਾਂਗੇ, ਪਰੰਤੂ ਇਹ ਸੱਚ ਹੈ ਕੈਬਨਿਟ 'ਚ ਵੀ ਹੁੰਦਾ ਕੁਛ ਨਹੀਂ। ਜੋ ਕੁਛ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਜਾਂ ਮੁੱਖ ਮੰਤਰੀ ਜਿੱਥੋਂ ਆਦੇਸ਼ ਲੈਂਦੇ ਨੇ, ਮੈਂ ਇਕੱਲਾ ਇਸ ਮੁੱਖ ਮੰਤਰੀ ਦੀ ਨਹੀਂ ਗੱਲ ਕਰਦਾ, ਚਾਹੇ ਉਹ ਬੀਜੇਪੀ ਦੇ ਮੁੱਖ ਮੰਤਰੀ ਹੋਣ, ਚਾਹੇ ਉਹ ਕਾਂਗਰਸ ਦੇ ਹੋਣ, ਉਹ ਆਪਣੀ ਕੇਂਦਰੀ ਲੀਡਰਸ਼ਿਪ ਤੋਂ ਆਦੇਸ਼ ਲੈਂਦੇ ਨੇ ਤੇ ਉਸ ਆਦੇਸ਼ ਦੇ ਵਿੱਚ ਦੋ ਗੱਲਾਂ ਕਰਦੇ ਨੇ। ਕੈਬਨਿਟ ਦੇ ਵਿੱਚ ਬਾਹਲੀ ਕੋਈ ਬਹਿਸ ਨਹੀਂ ਹੁੰਦੀ ਨੀਤੀਆਂ ਤੇ, ਜੋ ਕੁਛ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਉਹਨੂੰ ਮੰਨ ਲਿਆ ਜਾਂਦਾ ਹੈ ਤੇ ਉਹਨੂੰ ਹਾਂ ਬਾਅਦ 'ਚ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਜਾਂਦਾ ਹੈ, ਇਹ ਕੈਬਨਿਟ ਦੇ ਫੈਸਲੇ ਨੇ। ਹਾਂ, ਪਰੰਤੂ ਦਿੱਕਤ ਇੱਥੇ ਹੈ ਕਿ ਜਦੋਂ ਮੁੱਖ ਮੰਤਰੀ ਕੋਈ ਇਕੱਲਾ ਫੈਸਲਾ ਲੈਂਦੇ ਨੇ ਤਾਂ ਕੋਰਟਾਂ, ਮਾਨਯੋਗ ਕੋਰਟਾਂ ਜਾਂ ਗਵਰਨਰ ਸਾਹਿਬ ਜਾਂ ਕੋਈ ਏਦਾਂ ਦੀਆਂ ਸੰਸਥਾਵਾਂ, ਉਹਨਾਂ ਤੇ ਪਾਬੰਦੀ ਜਾਂ ਸਵਾਲੀਆ ਚਿੰਨ ਲਾ ਦਿੰਦੀਆਂ ਨੇ ਕਿ ਇਹ ਫੈਸਲਾ ਕੈਬਨਿਟ 'ਚ ਡਿਸਕਸ ਹੋਣਾ ਚਾਹੀਦਾ ਸੀ। ਇਸ ਕਰਕੇ ਇੱਕ ਫਾਰਮੈਲਿਟੀ ਜੀ ਹੈ ਕੈਬਨਿਟ 'ਚ ਕੋਈ ਮੀਟਿੰਗ 'ਚ, ਬਾਹਲੇ ਵੱਡੇ ਮੁੱਦੇ ਮੈਨੂੰ ਨਹੀਂ ਲੱਗਦਾ, ਸਿਆਸੀ ਮੁੱਦਿਆਂ 'ਤੇ ਹੰਗਾਮਾ ਹੋਏਗਾ, ਬਾਹਲੇ ਵੱਡੇ ਮੁੱਦੇ ਜਿਹੜੇ ਵਿਕਾਸ ਦੇ ਜਾਂ ਕੋਈ ਮੁਲਾਜ਼ਮਾਂ ਨਾਲ ਸੰਬੰਧਿਤ, ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੇ ਮੁੱਦੇ ਇਸ ਮੌਕੇ 'ਤੇ ਹੋ ਸਕਣਗੇ, ਇਹੋ ਜਿਹਾ ਕੁਛ ਹੋ ਸਕਦਾ ਜੀ ਕੈਬਨਿਟ ਦੇ ਵਿੱਚ ਤਾਂ। ਜੀ ਧਾਲੀਵਾਲ ਸਾਹਿਬ ਜੀ, ਉਹ ਸੁਨੀਲ ਜਾਖੜ ਨੇ ਵੀ ਗੱਲ ਕੀਤੀ ਹੈ, ਕਹਿੰਦੇ ਕਿ ਜਿਹੜੀ ਤੁਸੀਂ ਡਿਬੇਟ ਸੱਦਣ ਦੀ ਗੱਲ ਕਰ ਰਹੇ ਹੋ, ਇਹਦੇ ਜਿਹੜੇ ਜੱਜ ਹੈਗੇ ਨੇ ਉਹ ਜੱਜ ਤੁਸੀਂ ਉਹਨਾਂ ਦੇ ਵਿੱਚੋਂ ਧਰਮਵੀਰ ਗਾਂਧੀ ਸਾਹਿਬ ਨੂੰ ਬੁਲਾ ਲਓ, ਉਹਨਾਂ ਦੇ ਵਿੱਚੋਂ ਤੁਸੀਂ ਕੰਵਰ ਸੰਧੂ ਸਾਹਿਬ ਨੂੰ ਬੁਲਾ ਲਓ, ਜਾਂ ਫਿਰ ਤੁਸੀਂ ਫੂਲਕਾ ਸਾਹਿਬ, ਤਿੰਨ ਇਹ ਅਹਿਮ ਸ਼ਖਸੀਅਤਾਂ ਨੇ, ਇਹਨਾਂ ਨੂੰ ਕਹਿੰਦੇ ਕਿ ਐਜ਼ ਏ ਜੱਜ ਬਿਠਾਓ ਜੇਕਰ ਤੁਸੀਂ ਡਿਬੇਟ ਕਰਨਾ ਚਾਹੁੰਦੇ ਹੋ। ਇਹਦੇ ਵਿੱਚ ਜਿਹੜਾ ਜਾਖੜ ਸਾਹਿਬ ਨੇ ਸਵਾਲ ਉਠਾਇਆ ਹੈ, ਸਵਾਲ ਬੜਾ ਵਾਜਬ ਹੈ, ਦੇਖਣ ਨੂੰ ਬੜਾ ਅੱਛਾ ਲੱਗਦਾ ਹੈ, ਪਰੰਤੂ ਇਹਦੇ ਵਿੱਚ ਭੰਗੂ ਸਾਹਿਬ ਇੱਕ ਗੱਲ ਸਮਝਣੀ ਪਊਗੀ ਕਿ ਇਹ ਸਵਾਲ ਉਹਨਾਂ ਨੇ ਕਿਉਂ ਉਠਾਇਆ ਹੈ। ਇੱਕ ਤਾਂ ਇਹਦੇ ਵਿੱਚ ਜੇ ਆਪਾਂ ਦੇਖਣਾ ਚਾਹੀਏ, ਤੁਰੰਤ ਇਹ ਦੇਖਣਾ ਪਊਗਾ ਕਿ ਰਾਜਨੀਤਿਕ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਕੀ ਹੈ ਪੰਜਾਬ 'ਚ, ਕੇਂਦਰ ਦੀ ਨਹੀਂ ਮੈਂ ਗੱਲ ਕਰਦਾ, ਪੰਜਾਬ 'ਚ। ਪੰਜਾਬ ਦੇ ਵਿੱਚ ਅਕਾਲੀ ਦਲ ਨਾਲੋਂ ਹਟ ਕੇ ਜਿਸ ਕਿਸਮ ਦਾ ਸਟੈਂਡ ਭਾਰਤੀ ਜਨਤਾ ਪਾਰਟੀ ਨੇ ਲਿਆ ਕਿ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ, ਉਹਨਾਂ ਨੂੰ ਇੱਕ ਭਰਮ ਇਹ ਹੈ ਕਿ ਅਸੀਂ ਇਕੱਲੇ ਸ਼ਾਇਦ ਇੱਕ ਜਾਂ ਦੋ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਲਵਾਂਗੇ, ਤੇ ਵੈਸੇ ਵੀ ਸਾਡੇ ਹਿੱਸੇ 'ਚ ਇੱਕ ਜਾਂ ਦੋ ਹੀ ਆਉਣੀਆਂ ਸਨ, ਗੁਰਦਾਸਪੁਰ ਹੋ ਸਕਦਾ ਹੈ, ਹੁਸ਼ਿਆਰਪੁਰ ਹੋ ਸਕਦਾ ਹੈ, ਪਠਾਨਕੋਟ ਦਾ ਜਿਹੜਾ ਏਰੀਆ, ਜਲੰਧਰ ਹੋ ਸਕਦਾ ਹੈ, ਇਹਨਾਂ ਨੂੰ ਲੱਗ ਰਿਹਾ ਕਿ ਇੱਥੇ ਅਸੀਂ ਫੇਰ ਵੀ, ਅੰਮ੍ਰਿਤਸਰ ਹੋ ਸਕਦਾ ਕਿ ਇੱਥੇ ਅਸੀਂ ਹਾਲੇ ਵੀ ਆਪਣਾ ਪ੍ਰਭਾਵ ਰੱਖਦੇ ਹਾਂ, ਕਿਉਂਕਿ ਇਸ ਏਰੀਏ 'ਚ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੂੰ ਅਸੀਂ ਆਪਣੇ ਫੋਲਡ 'ਚ ਲੈ ਆਉਂਦਾ ਹੈ, ਤੇ ਉਹ ਜਿਹੜੇ ਕਾਂਗਰਸੀ ਉਮੀਦਵਾਰ, MLAs ਦੇ ਉਮੀਦਵਾਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਪਾਰਲੀਮੈਂਟ ਦੀ ਚੋਣ ਲਈ ਆਪਣੀ ਪਰਫੋਰਮੈਂਸ ਦਿਖਾਉਣ ਲਈ ਬਹੁਤ ਜ਼ੋਰ ਲਾਉਣਗੇ, ਔਰ ਇਹ ਹੁੰਦੇ ਨੇ ਚਾਂਸ। ਪਰੰਤੂ ਸਿਚੁਏਸ਼ਨ ਬੜੀ ਅਜੀਬ ਹੋਈ ਜਿਹੜੀ ਗੱਲ ਤੁਸੀਂ ਕਹੀ ਹੈ, ਮੈਂ ਇਹ ਸਮਝਦਾ ਹਾਂ ਕਿ ਜਾਖੜ ਸਾਹਿਬ ਦੀ ਸਭ ਤੋਂ ਵੱਡੀ ਤਾਕਤ ਇਹ ਸੀ ਕਿ ਉਹ ਵੱਡੀ ਗਿਣਤੀ 'ਚ ਕਾਂਗਰਸੀਆਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਲੈ ਆਏ, ਚਾਹੇ ਉਹ ਲੈ ਆਏ ਚਾਹੇ ਅਮਰਿੰਦਰ ਸਿੰਘ ਲੈ ਆਏ, ਮਤਲਬ ਉਹ ਦੋ ਨੇਤਾ ਰਲ ਕੇ ਵੱਡੀ ਗਿਣਤੀ 'ਚ ਲੀਡਰਾਂ ਨੂੰ ਇੱਧਰ ਲੈ ਆਏ, ਤੇ ਲੀਡਰਾਂ ਨੂੰ ਇਹ ਲੱਗਿਆ, ਉਹਨਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ED CBI ਕੁਛ ਨਹੀਂ ਕਹੇਗੀ, ਜਿਵੇਂ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਸਿਕੰਜਾ ਕੱਸਤਾ ਸੀਗਾ। ਹੁਣ ਹੋਇਆ ਕਿ
ਉਹਦੇ ਨਾਲ ਆਸਾਂ ਬੜੀਆਂ ਲੱਗੀਆਂ ਸੀ ਜੀ। ਇੱਕ ਪਾਸੇ ਤਾਂ ਜਾਖੜ ਸਾਹਿਬ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ, ਦੂਜੇ ਪਾਸੇ ਇੱਕ ਹਵਾ ਆਈ ਕਿ ਕੇਂਦਰ ਵਿੱਚ ਉਮੀਦ ਹੈ ਅਮਰਿੰਦਰ ਸਿੰਘ ਨੂੰ ਵੀ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ, ਜਾਂ ਉਹ ਕੇਂਦਰ ਚ ਮੰਤਰੀ ਬਣਾ ਦਿੱਤਾ ਜਾਵੇਗਾ, ਜਾਂ ਉਹਨਾਂ ਨੂੰ ਕਿਤੇ ਗਵਰਨਰ ਲਾ ਦਿੱਤਾ ਜਾਵੇਗਾ, ਜਿਹਦੇ ਨਾਲ ਬਾਕੀ ਮੈਂਬਰਾਂ ਦੇ ਵਿੱਚ ਇਹ ਭਰੋਸਾ ਬਣ ਜਾਂਦਾ ਕਿ ਹੁਣ ਅਸੀਂ ਸਾਡੇ ਜਿਹੜੇ ਰੱਖਿਅਕ ਹੋਣਗੇ ਉਹ ਅਮਰਿੰਦਰ ਸਿੰਘ ਵੱਡੀ ਪੋਜੀਸ਼ਨ 'ਚ ਨੇ, ਹੁਣ ਉਹ ਸਾਡੇ ਹਿੱਤਾਂ ਦੀ ਰਾਖੀ ਕਰਨਗੇ। ਪਰੰਤੂ ਭਾਰਤੀ ਜਨਤਾ ਪਾਰਟੀ ਨੇ ਐਸਾ ਖੇਡ ਖੇਡਿਆ, ਦੋ ਤਿੰਨ ਵਾਰੀ ਰਿਹਾ, ਕਦੇ ਪਹਿਲਾਂ ਮਹਾਰਾਸ਼ਟਰ ਦੀ ਚਰਚਾ ਚੱਲੀ ਵੀ ਉੱਥੇ ਗਵਰਨਰ ਲਾਉਣਗੇ, ਫਿਰ ਚੱਲਿਆ ਵੀ ਸ਼ਾਇਦ J&K ਦਾ ਹੀ ਗਵਰਨਰ ਲਾ ਦੇਣ, ਪਰ ਅਮਰਿੰਦਰ ਸਿੰਘ ਨੂੰ ਵੀ ਦਿੱਤਾ ਕੁਛ ਨਹੀਂ ਗਿਆ ਜਿਹਦੇ ਵਿੱਚ ਅਮਰਿੰਦਰ ਸਿੰਘ ਵੀ ਮਯੂਸ ਹੋਏ। ਤੇ ਜਿਹੜੇ ਟਕਸਾਲੀ BJP ਦੇ ਨੇਤਾ ਸੀ ਉਹਨਾਂ ਨੇ ਜਾਖੜ ਸਾਹਿਬ ਨੂੰ ਕੋਈ ਸਪੋਰਟ ਨਹੀਂ ਕੀਤਾ, ਤੇ BJP ਦੀ ਕੇਂਦਰੀ ਲੀਡਰਸ਼ਿਪ ਨੇ, ਪੰਜਾਬ ਦੀ ਟਕਸਾਲੀ ਜਿਹੜੀ BJP ਦੀ ਲੀਡਰਸ਼ਿਪ ਸੀ, ਉਹਨਾਂ ਨੂੰ ਕੋਈ ਤਾੜਨਾ ਨਹੀਂ ਕੀਤੀ ਕਿ ਤੁਸੀਂ ਜਾਖੜ ਦਾ ਸਾਥ ਦਿਓ, ਜਿਹਦੇ ਕਰਕੇ ਜਿਹੜਾ ਗਰੁੱਪ ਟੁੱਟ ਕੇ ਗਿਆ ਸੀ ਉਹਨੂੰ ਇਹ ਲੱਗਿਆ ਕਿ ਇਹਦੇ ਨਾਲ ਚੰਗਾ ਹੋਏਗਾ, ਅਸੀਂ ਘਰ ਵਾਪਸੀ ਕਰ ਲਈਏ ਇੱਕ। ਤੇ ਇੱਕ ਹੋਰ ਪੱਖ ਜਿਹੜਾ ਇਹਦਾ ਇਹ ਹੈ ਕਿ ਹਾਲਾਤ ਏਦਾਂ ਦੇ ਬਣ ਰਹੇ ਨੇ, ਜਿਹੜੇ ਕਾਂਗਰਸੀ ਭਰਾ ਸਾਡੇ ਛੱਡ ਕੇ ਇਸ ਕਰਕੇ ਗਏ ਸੀ ਕਿ ਕਾਂਗਰਸ ਹੁਣ ਧਰਾਤਲ ਵੱਲ ਨੂੰ ਜਾ ਰਹੀ ਹੈ, ਨੀਵੇਂ ਜਾ ਰਹੀ ਹੈ। ਪਰੰਤੂ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਦਾ ਇਮੇਜ ਆਪਦਾ ਬਣਾਇਆ, ਇਲੈਕਸ਼ਨ 'ਚ ਕੀ ਹੋਊਗਾ ਮੈਨੂੰ ਨਹੀਂ ਪਤਾ, ਪਰੰਤੂ ਉਹਦਾ ਇਮੇਜ ਸੁਧਰਿਆ ਬਹੁਤ ਹੈ। ਹੁਣ ਕੋਈ BJP ਵਾਲਾ ਨੇਤਾ ਪੱਪੂ ਕਹਿਣ ਦਾ ਹੌਸਲਾ ਨਹੀਂ ਕਰ ਰਿਹਾ ਰਾਹੁਲ ਗਾਂਧੀ ਨੂੰ, ਉਹ ਸਿਚੁਏਸ਼ਨ ਲੰਘ ਚੁੱਕੀ ਹੈ। ਇਸ ਕਰਕੇ ਮੇਰਾ ਖਿਆਲ ਜਿਹੜੇ ਕਾਂਗਰਸੀ ਭਰਾਵਾਂ ਨੂੰ ਇਹ ਲੱਗ ਰਿਹਾ ਸੀ ਨਾ ਕਿ ਸਾਡਾ ਭਵਿੱਖ, ਰਾਜਨੀਤਿਕ ਭਵਿੱਖ BJP ਦੇ ਵਿੱਚ ਜ਼ਿਆਦਾ ਸੁਰੱਖਿਅਤ ਰਹੇਗਾ, ਹੁਣ ਉਹਨਾਂ ਨੂੰ ਫੇਰ ਲੱਗਣ ਲੱਗ ਗਿਆ ਕਿ ਨਹੀਂ ਨਹੀਂ ਇਹ ਤੇ ਕਾਂਗਰਸ ਫਿਰ ਉੱਪਰ ਨੂੰ ਜਾ ਰਹੀ ਹੈ, ਕਿਉਂ ਨਾ ਸਮੇਂ ਸਿਰ ਆਪਾਂ ਉੱਧਰ ਚਲੇ ਜਾਈਏ। ਬਾਅਦ 'ਚ ਟਿਕਟਾਂ ਦੀ ਪੋਜੀਸ਼ਨ ਨਹੀਂ ਰਹਿਣੀ, ਹਾਲੇ ਹੋ ਸਕਦੀ ਹੈ। ਔਰ ਇਹਦੇ ਵਿੱਚ ਕਮਾਲ ਦੀ ਗੱਲ ਇਹ ਹੋਈ, ਜਿਹੜੀ ਗੱਲ ਤੁਸੀਂ ਸ਼ਾਇਦ ਭੁੱਲ ਗਏ, ਜਿਹੜੇ ਪੁਰਾਣੇ ਕਾਂਗਰਸੀ ਵਾਪਸ ਆਏ ਆਏ ਤੇ ਉਹ ਕਮਾਲ ਨਾਲ ਆਪਦੇ ਨਾਲ ਇੱਕ ਪੁਰਾਣਾ ਕਾਂਗਰਸੀ ਅਕਾਲੀਆਂ 'ਚੋਂ ਵੀ ਜੋੜ ਲਿਆ, ਮਤਲਬ ਇੱਕ ਅਕਾਲੀ ਦਲ ਦਾ ਨੇਤਾ ਜਿਹੜਾ MLA ਵੀ ਰਿਹਾ, ਦੋ ਵਾਰ ਜਿੱਤਿਆ ਹੋਇਆ MLA, ਪਹਿਲਾਂ ਕਿਤੇ ਕਾਂਗਰਸੀ ਸੀ, ਉਹ ਵੀ ਨਾਲ ਜੁੜ ਕੇ ਹੋਰ ਭਾਰ ਵੱਧ ਗਿਆ ਉਹਨਾਂ ਦਾ, ਉਹਦੇ ਵਿੱਚੋਂ ਵੱਡਾ ਗਰੁੱਪ ਆ ਟਪਕਿਆ, ਤੇ ਨਾਲ ਜਿਹੜਾ ਪਿੱਛੇ ਰਿਹਾ ਗਰੁੱਪ ਹੈ ਉਹਨਾਂ ਤੇ ਇੱਕ ਪ੍ਰੈਸ਼ਰ ਆ ਗਿਆ, ਤੇ ਆਮ ਲੋਕਾਂ ਨੂੰ ਸੰਭਾਵਨਾ ਇਹ ਬਣਨ ਲੱਗ ਗਈ ਤੇ BJP ਉਹਨਾਂ ਦੇ ਸ਼ੱਕ ਕਰੇ ਕਿ ਸ਼ਾਇਦ ਇਹ ਵੀ ਵਾਪਸ ਹੀ ਜਾਣਗੇ, ਇਸ ਤਰ੍ਹਾਂ ਦਾ ਦਬਾਅ ਆ ਗਿਆ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਬਲਰਾਮ ਜਾਖੜ ਜੀਆਂ ਕੋਲ ਹੁਣ ਕੋਈ ਸੁਨੀਲ ਜਾਖੜ ਨਹੀਂ, ਉਹ ਇਸ ਤਰ੍ਹਾਂ ਦੇ ਬਿਆਨ ਦੇ ਕੇ ਅਖਬਾਰਾਂ 'ਚ ਬਣੇ ਰਹਿਣ ਲਈ ਆਪਦਾ ਯਤਨ ਕਰਨਗੇ। ਜਿਹੜੇ ਵਿਅਕਤੀ ਉਹਨਾਂ ਨੇ ਪ੍ਰਪੋਜ਼ ਕੀਤੇ ਨੇ ਨਾ ਲਏ ਨੇ, ਪੋਲੀਟਿਕਸ ਦੇ ਵਿੱਚ ਇਹ ਹੁੰਦਾ ਹੈ ਕਿ ਕਿਤੇ ਇਹ ਤਿੰਨਾਂ ਨੂੰ ਕਈ ਵਾਰੀ ਐਂ ਹੁੰਦਾ ਪੋਲੀਟਿਕਸ 'ਚ ਜਿਹੜਾ ਕੁਛ ਕਿਹਾ ਜਾਂਦਾ ਉਹ ਸੱਚ ਨਹੀਂ ਹੁੰਦਾ, ਹੋ ਸਕਦਾ ਬਲਰਾਮ ਜਾਖੜ ਜੀ ਨੇ ਜਾਣ ਬੁੱਝ ਕੇ ਇਹ ਤਿੰਨ ਸੁਨੀਲ ਜਾਖੜ ਜੀ ਨਾ ਲਏ ਹੋਣ, ਸੁਨੀਲ ਸੋਰੀ ਮੈਂ ਨਾ ਜਾਖੜ ਪਿਤਾ ਜੀ ਦਾ ਨਾਮ ਸੀ ਉਹ ਮੇਰੇ ਮੂੰਹ ਚੜਿਆ ਹੋਇਆ, ਸੁਨੀਲ ਜਾਖੜ ਜੀ ਨੇ ਜਾਣ ਬੁੱਝ ਕੇ ਇਹ ਜਿਹੜੇ ਤਿੰਨ ਵਿਅਕਤੀਆਂ ਦਾ ਜਿਹੜਾ ਨਾਂ ਲਿਆ, ਜਿਹੜੇ ਪਹਿਲਾਂ ਇਹਨਾਂ ਦਾ ਪਿਛੋਕੜ ਆਮ ਆਦਮੀ ਪਾਰਟੀ ਦਾ ਹੈ, ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਹੋਵੇ ਜਾਂ ਉਹਨਾਂ ਦਾ ਇੱਕ ਅੰਦਾਜ਼ਾ ਹੋਵੇ ਕਿ ਮੇਰੇ ਕਹਿਣ ਤੋਂ ਇਹ ਤਿੰਨਾਂ ਨੂੰ ਨਹੀਂ ਬਣਾਇਆ ਜਾਏਗਾ, ਜਿਹਦੇ ਨਾਲ ਮੈਂ ਕਹਾਂਗਾ ਕਿ ਜੀ ਇਹ ਜਿਹੜਾ ਨਿਰਪੱਖਤਾ ਨਾਲ ਨਹੀਂ ਬਹਿਸ ਹੋਣ ਜਾ ਰਹੀ ਤੇ ਸਾਨੂੰ ਭੱਜਣ ਦਾ ਕੋਈ ਮੌਕਾ ਮਿਲ ਜੇ। ਦੂਸਰਾ ਇਹ ਹੈ ਕਿ ਇਹ ਪਤਾ ਨਹੀਂ ਹੁਣ ਇਹ ਉਹਨਾਂ ਦਾ ਬਿਆਨ ਹੈ ਜਾਂ ਇਹ ਪੂਰੀ ਭਾਰਤੀ ਜਨਤਾ ਪਾਰਟੀ ਦੀ ਨੀਤੀ ਹੈ, ਇਹ ਵੀ ਉਹਨਾਂ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਕਿ ਕੀ ਇਹ ਭਾਰਤੀ ਜਨਤਾ ਪਾਰਟੀ ਦੀ ਨੀਤੀ ਹੈ ਜਾਂ ਜਾਖੜ ਸਾਹਿਬ ਦਾ ਵਿਅਕਤੀਗਤ ਬਿਆਨ ਹੈ। ਰਾਜਨੀਤੀ 'ਚ ਬੜਾ ਹੀ ਹੁੰਦਾ ਜਦੋਂ ਭੱਜਣਾ ਹੁੰਦਾ ਬਾਅਦ 'ਚ ਸਾਰੀ ਪਾਰਟੀ ਕਹਿੰਦੀ ਹੈ ਕਿ ਇਹ ਤਾਂ ਇਹਨਾਂ ਦੀ ਵਿਅਕਤੀਗਤ ਸੋਚ ਸੀ ਜੀ, ਇਸ ਕਰਕੇ ਜਾਂ ਤੇ ਉਹ ਆਪਣਾ ਪਾਰਟੀ ਦੇ ਤੌਰ ਤੇ ਬਿਆਨ ਦੇਣ ਕਿ ਮੈਂ ਪਾਰਟੀ ਪ੍ਰਧਾਨ ਤੌਰ ਤੇ ਸਾਡੀ ਇਹ ਨੀਤੀ ਹੈ ਕਿ ਜੇਕਰ ਇਸ ਬਹਿਸ ਨੂੰ ਨਿਰਪੱਖ ਤੌਰ ਤੇ ਕਰਾਇਆ ਜਾਣਾ ਤਾਂ ਇਸ ਇਹ ਤਿੰਨ ਜਾਂ ਇਹ ਤਿੰਨ ਨਾਮ ਹੈ ਤਿੰਨਾਂ, ਬਾਕੀ ਦੀਆਂ ਪਾਰਟੀਆਂ ਦੇ ਵਿੱਚੋਂ ਹੋਰ ਨਾਂ ਲੈ ਲਏ ਜਾਣ ਕਿ ਨਿਰਪੱਖ ਜੱਜ ਜਾਂ ਨਿਰਪੱਖ ਜਿਹੜੇ ਵਿਅਕਤੀ ਨੇ ਉਹ ਇਹਨੂੰ ਕੰਡਕਟ ਕਰਾਉਣ, ਪਰ ਇਹ ਅੱਛਾ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਇਸ ਦੇ ਵਿੱਚ
ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵੱਡੀ ਹਲਚਲ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਕੇਵਲ 22 ਜਾਂ 23 ਜਾਂ 20 ਪਲੱਸ ਮੇਰੇ ਖਿਆਲ 22 ਜਾਂ 23 ਸੀਟਾਂ ਤੇ ਲੜਦੀ ਹੁੰਦੀ ਸੀ ਜਿੱਥੋਂ ਉਹਨਾਂ ਕੋਲੇ ਆਇਡੈਂਟੀਫਾਈਡ ਕੈਂਡੀਡੇਟ ਨੇ ਬਾਕੀ ਜਿਹੜੀ ਆਪਾਂ ਇਹ ਕਹਿ ਰਹੇ ਹਾਂ ਅਪਰੋਕਸੀਮੇਟਲੀ ਕਹਿ ਲਓ 90 ਸੀਟਾਂ ਤੇ ਜਾਂ 90 ਦੇ ਨੇੜੇ ਤੇੜੇ ਉਹ ਸੀਟਾਂ ਤੇ ਆਇਡੈਂਟੀਫਾਈਡ ਕੈਂਡੀਡੇਟ ਲੱਭਣੇ ਭਾਰਤੀ ਜਨਤਾ ਪਾਰਟੀ ਲਈ ਵੀ ਇੱਕ ਸੰਕਟ ਦਾ ਵਿਸ਼ਾ ਹੈ ਬਹੁਤ ਔਖਾ ਕੰਮ ਹੈ ਸੋ ਇਸ ਕਰਕੇ ਲੱਗਦਾ ਇਹ ਹੈ ਭਾਊ ਸਾਹਿਬ ਸਿਚੁਏਸ਼ਨ ਕਿ ਇਹ ਡਿਬੇਟ ਸ਼ਾਇਦ ਨਾ ਹੋਵੇ ਪਰ ਇਹ ਡਿਬੇਟ ਦੇ ਨਾਂ ਤੇ ਰਾਜਨੀਤੀ ਤਰ੍ਹਾਂ ਤਰ੍ਹਾਂ ਦੀ ਹੋਊਗੀ ਤੇ ਓਦਾਂ ਦੀ ਰਾਜਨੀਤੀ ਹੈ ਜਿਹੜੀ ਉਹ ਕੈਬਨਿਟ ਦੀ ਮੀਟਿੰਗ ਵਿੱਚ ਹੋਊਗੀ ਮੇਰਾ ਅੰਦਾਜ਼ਾ ਇਹ ਹੈ ਜੀ ਜੀ ਬਿਲਕੁਲ ਬਿਲਕੁਲ ਸੋ ਧਾਲੀਵਾਲ ਸਾਹਿਬ ਗੱਲ ਤਾਂ ਬਿਲਕੁਲ ਤੁਸੀਂ ਸਹੀ ਫਰਮਾਈਆਂ ਨੇ ਕੈਬਨਿਟ ਮੀਟਿੰਗ ਦੇ ਏਜੰਡੇ ਵੀ ਤੁਸੀਂ ਦੱਸੇ ਨੇ ਪਰ ਦੇਖੋ ਕੀ ਬਣਦਾ ਗੱਲ ਇਹ ਕਿ ਗੁੰਝਲਦਾਰ ਹੋ ਗਈ ਪੰਜਾਬ ਦੀ ਸਿਆਸਤ ਤੇ ਨਿਕਲੂਗਾ ਕੀ ਸਿਆਸਤ ਦੇ ਵਿੱਚੋਂ ਇਹ ਵੀ ਗੱਲ ਦੇਖਣ ਵਾਲੀ ਹੋਊਗੀ ਭਾਜਪਾ ਹੀ ਛੱਡ ਛੱਡ ਕੇ ਮੁੜ ਕਾਂਗਰਸੀ ਜਿਹੜੇ ਹੈਗੇ ਨੇ ਉਹ ਬਣ ਰਹੇ ਨੇ ਦੇਖਣ ਵਾਲਾ ਹੋਊਗਾ ਕਿ ਪੁਰਾਣੇ ਕਾਂਗਰਸੀ ਭਾਜਪਾ ਹੀ ਤਾਂ ਉਹ ਪਹਿਲਾਂ ਸੀ ਪੁਰਾਣੇ ਕਾਂਗਰਸੀ ਜਿਹੜੀ ਗੱਲ ਹੋਊਗੀ ਮਤਲਬ ਦੋ ਦਿਨ ਪਹਿਲਾਂ ਜਿਹੜੇ ਬੰਦੇ ਉਸ ਤਰ੍ਹਾਂ ਕਹਿੰਦੇ ਹੁੰਦੇ ਸੈਕੂਲਰ ਹੁਣ ਕਹਿੰਦੇ ਸੀ ਫਿਰ ਉਹ ਮਤਲਬ ਧਾਰਮਿਕ ਪੋਲਿਟਿਕਸ ਕਹਿੰਦੇ ਸੀ ਹੁਣ ਫਿਰ ਸੈਕੂਲਰ ਕਹਿਣਗੇ ਇਹ ਵੀ ਔਖਾ ਹੁੰਦਾ ਨਹੀਂ ਉਹ ਤਾਂ ਧਾਲੀਵਾਲ ਸਾਹਿਬ ਜਿਵੇਂ ਕੱਲ ਮੈਂ ਵੇਰਕਾ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਛੱਡ ਕੇ ਕਿਉਂ ਆ ਗਏ ਵੇਰਕਾ ਸਾਹਿਬ ਕਹਿੰਦੇ ਕਿ ਇਹ ਅਸੀਂ ਇਸੇ ਕਰਕੇ ਛੱਡ ਕੇ ਆ ਗਏ ਕਿ ਜਿਹੜੇ ਕਾਂਗਰਸੀ ਇੱਥੇ ਸੀ ਭਾਵੇਂ ਸੁਨੀਲ ਜਾਖੜ ਸੀ ਕੈਪਟਨ ਅਮਰਿੰਦਰ ਸਿੰਘ ਸੀ ਉਹ ਬੀਜੇਪੀ ਦੇ ਵਿੱਚ ਚਲੇ ਗਏ ਸਾਡੇ ਸਿਰ ਤੇ ਬੈਠ ਗਏ ਜਾ ਕੇ ਤੇ ਇਸ ਕਰਕੇ ਅਸੀਂ ਛੱਡ ਕੇ ਆ ਗਏ ਮੈਂ ਵੇਰਕਾ ਸਾਹਿਬ ਨੂੰ ਪੁੱਛਿਆ ਜੇ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਛੱਡ ਕੇ ਫੇਰ ਆ ਗਏ ਫਿਰ ਤੁਸੀਂ ਕਾਂਗਰਸ ਛੱਡ ਕੇ ਕਿੱਥੇ ਜਾਓਗੇ ਕਹਿੰਦੇ ਤੇ ਇਹ ਤਾਂ ਹੋਣਾ ਜੀ ਰੂਪਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਦਾ ਕਹਾਣੀ ਸੁਣ ਹੀ ਰਹੇ ਆ ਤਾਂ ਸਾਰੇ ਕਿਤੇ ਇਦਾਂ ਹੀ ਚੱਲਦਾ ਜੀ ਬਿਲਕੁਲ ਬਿਲਕੁਲ ਮਤਲਬ ਇਹ ਕੋਈ ਵੀ ਲੀਡਰ ਹੋਵੇ ਕਿ ਬਹੁਤ ਹੀ ਠਰਮੇ ਨਾਲ ਬੜੇ ਮਤਲਬ ਜੇ ਮੈਂ ਕਹਾਂ ਪੰਜਾਬੀ ਦਾ ਸ਼ਬਦ ਔਖਾ ਜਿਹਾ ਲੱਗਦਾ ਵਰਤਣਾ ਬੜੀ ਬੇਸ਼ਰਮੀ ਨਾਲ ਜਦੋਂ ਇਹ ਕਹਿੰਦੇ ਨੇ ਵੀ ਸਾਡੀ ਘਰ ਵਾਪਸੀ ਹੋ ਗਈ ਮੈਨੂੰ ਬੜੀ ਹੈਰਾਨੀ ਜੀ ਹੁੰਦੀ ਹੈ ਵੀ ਘਰੋਂ ਗਏ ਕਿਉਂ ਸੀ ਉਦੋਂ ਵੀ ਕੋਈ ਕਾਰਨ ਦੱਸੋ ਜੀ ਬਿਲਕੁਲ ਬਿਲਕੁਲ ਕਾਰਨ ਤਾਂ ਕੁਰਸੀ ਹੁੰਦੀ ਹੈ ਤੇ ਕੁਰਸੀ ਮਿਲੀ ਨਹੀਂ ਅੱਗੇ ਤੇ ਵਾਪਸ ਆ ਗਏ ਸੋ ਧਾਲੀਵਾਲ ਸਾਹਿਬ ਸਾਰੇ ਮਾਮਲੇ ਤੇ ਚਰਣਾ ਪਾਉਣ ਤੁਸੀਂ ਕੁਛ ਕਹਿਣ ਲੱਗੇ ਸੀ ਨਹੀਂ ਮੈਂ ਇਹ ਕਹਿਣ ਲੱਗਾ ਸੀ ਕਿ ਇਹ ਵੱਡੀ ਗਿਣਤੀ 'ਚ ਹੋ ਆਏ ਨੇ ਜਿਹੜੇ ਨਾ ਵੱਡੀ ਗਿਣਤੀ 'ਚ ਗਏ ਸੀ ਕਾਂਗਰਸ 'ਚੋਂ ਵੱਡੀ ਗਿਣਤੀ 'ਚ ਆਏ ਨੇ ਇਹਦੇ ਨਾਲ ਕਾਂਗਰਸ 'ਚ ਵੀ ਹਿੱਲਜੁਲ ਹੋਏਗੀ ਜਿਹੜੇ ਪਹਿਲਾਂ ਬੰਦੇ ਇਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਉਮੀਦਵਾਰ ਬਣ ਗਏ ਸੀ ਨਾ ਉਹਨਾਂ ਨੂੰ ਵੀ ਝਟਕਾ ਲੱਗੂਗਾ ਹੁਣ ਉਹਨਾਂ ਦੀ ਲੜਾਈ ਹੋਊਗੀ ਵੀ ਇਹ ਉਮੀਦਵਾਰ ਰਹਿਣਗੇ ਉਹ ਵੱਢ ਗਏ ਧਾਲੀਵਾਲ ਸਾਹਿਬ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ।